ਪਟਿਆਲਾ ਵਿਖੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਪੰਜਾਬ ਯੂਟੀ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। 13 ਦੇ ਕਰੀਬ ਜਥੇਬੰਦੀਆਂ ਇਸ ਧਰਨੇ ਵਿੱਚ ਸ਼ਾਮਿਲ ਹੋਈਆਂ। ਪੁਲਿਸ ਦੁਆਰਾ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਦੇ ਘਰ ਦਾ ਘਿਰਾਅ ਕਰਨ ਤੋਂ ਪਹਿਲਾਂ ਹੀ ਰੋਕ ਲਿਆ ਗਿਆ। SDM ਪਟਿਆਲਾ ਦੁਆਰਾ ਮੁੱਖ ਮੰਤਰੀ ਦੇ OSD ਦੇ ਨਾਲ ਮੀਟਿੰਗ ਫਿਕਸ ਕਰਵਾਉਣ ਦਾ ਭਰੋਸਾ ਦਵਾ ਕੇ ਧਰਨਾ ਪ੍ਰਦਰਸ਼ਨ ਸਮਾਪਤ ਕਰਵਾਇਆ ਗਿਆ। ਪੰਜਾਬ ਦੇ ਯੂਟੀ ਮੁਲਾਜ਼ਮ ਸੰਘਰਸ਼ ਕਮੇਟੀ ਨੇ ਅੱਜ ਧਰਨਾ ਦਿੱਤਾ ਸੀ ਪਟਿਆਲੇ, ਅਤੇ ਇਹਨਾਂ ਦੀ ਮੰਗ ਅਨੁਸਾਰ ਇਹਨਾਂ ਤੋਂ ਅਸੀਂ ਇਹਨਾਂ ਦਾ ਮੈਮੋਰੈਂਡਮ ਲੈ ਲਿਆ ਜੋ ਸਰਕਾਰ ਤੱਕ ਅਸੀਂ ਪਹੁੰਚਾ ਦਿਆਂਗੇ। ਅਤੇ ਇਹਨਾਂ ਦੀ ਮੰਗ ਅਨੁਸਾਰ ਇਹਨਾਂ ਦੀ ਜਥੇਬੰਦੀ ਦੇ ਡੈਲੀਗੇਸ਼ਨ ਦੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਜੀ ਦੇ ਦਫ਼ਤਰ ਵਿੱਚ ਉਹਨਾਂ ਦੇ OSD ਕੈਪਟਨ ਸੰਦੀਪ ਸਿੰਧੂ ਦੇ ਨਾਲ 20 ਤਰੀਕ ਨੂੰ ਦੁਪਹਿਰੇ 12 ਵਜੇ ਉਹਨਾਂ ਦੇ ਦਫ਼ਤਰ ਵਿੱਚ ਨਿਸ਼ਚਿਤ ਚੰਡੀਗੜ੍ਹ ਵਿਖੇ ਸਰਕਾਰੀ ਦਫ਼ਤਰ ਦੇ ਵਿੱਚ ਹੁਣੇ ਧਰਨਾ ਖਤਮ ਕੀਤਾ ਸਰ ਕਰਨਾ ਚਾਹੀਦਾ ਜੀ ਪ੍ਰਸ਼ਾਸਨ ਨੇ ਜਿਹੜਾ ਹੈ ਵੀ ਲਿਖਤੀ ਸਾਨੂੰ ਜਿਹੜਾ ਉਹ ਨਹੀਂ ਵਿਸ਼ਵਾਸ ਦਿੱਤਾ ਹੈ ਕਿ 20 ਤਰੀਕ ਨੂੰ OSD ਜਿਹੜਾ ਸੰਦੀਪ ਸੰਧੂ ਹੈ ਉਹ ਸਾਨੂੰ ਚੀਫ ਸੈਕਟਰੀ ਨੂੰ ਮਿਲਾਣਗੇ, ਚੀਫ ਸੈਕਟਰੀ ਸਾਡੀ ਮੀਟਿੰਗ ਕਰਾਉਣਗੇ। ਜੇ ਉਹ ਆਪਣੇ ਲਿਖਤੀ ਵਾਅਦੇ ਤੋਂ ਭੱਜੇ ਜਾਂ ਆਪਣੇ ਚੀਫ ਸੈਕਟਰੀ ਭੱਜੇ ਜਾਂ ਸੰਧੂ ਭੱਜਾ OSD, ਤਾਂ ਅਸੀਂ 12 ਵਜੇ ਤੋਂ ਬਾਅਦ ਆਪਣਾ ਅਗਲਾ ਐਲਾਨ 20 ਤਰੀਕ ਨੂੰ 12 ਵਜੇ ਸਾਡੀ ਮੀਟਿੰਗ ਹੈ। ਜੇ ਮੀਟਿੰਗ 'ਚ ਕੁਛ ਨਹੀਂ ਨਿਕਲੇ ਤਾਂ ਉਸੇ ਦਿਨ ਆਪਣੀ ਮੀਟਿੰਗ ਕਰਕੇ ਜਿਹੜਾ ਅਗਲਾ ਆਪਾਂ ਤਰੀਕੇ ਅਗਲਾ ਐਲਾਨ ਨਹੀਂ। ਹੁਣ ਪ੍ਰਸ਼ਾਸਨ ਨੇ ਜਿਹੜਾ ਸੰਤੁਸ਼ਟ ਹੋ ਤੁਸੀਂ ਇਹ ਸੰਤੁਸ਼ਟ ਅਸੀਂ ਉਦੋਂ ਹੋਵਾਂਗੇ ਜਦੋਂ ਸਾਡੀਆਂ ਮੰਗਾਂ ਪ੍ਰਵਾਨ ਹੋਣਗੀਆਂ। ਹਜੇ ਇੱਕ ਗੱਲਬਾਤ ਇੱਕ ਗੇੜ ਹੈ ਜਿਸ ਗੇੜ ਤੋਂ ਅਸੀਂ ਗੱਲਬਾਤ ਅਸੀਂ ਭੱਜਦੇ ਨਹੀਂ ਕਿਉਂਕਿ ਸੰਘਰਸ਼ ਵੀ ਅਸੀਂ ਕਰਦੇ ਹਾਂ ਅਤੇ ਗੱਲਬਾਤ ਵੀ ਕਰਦੇ ਹਾਂ। ਕੀ ਲੱਗਦਾ ਜੀ ਇੰਨੇ ਸਾਲਾਂ ਤੋਂ ਤੁਹਾਡੀਆਂ ਮੰਗਾਂ ਜਿਹੜੀਆਂ ਰੁਕੀਆਂ ਹੋਈਆਂ ਨੇ, ਹਰ ਸਰਕਾਰ ਬਦਲ ਗਈ ਹੈ ਲੇਕਿਨ ਹਰ ਵਾਰੀ ਆਸ਼ਵਾਸਨ ਮਿਲ ਰਿਹਾ, ਲੇਕਿਨ ਕੀ ਲੱਗਦਾ ਵੀ ਇਸ ਵਾਰੀ ਆਸ਼ਵਾਸਨ ਹੈ ਜਾਂ ਕੁਛ ਉਮੀਦ ਹੈਗੀ ਹੈ ਤੁਹਾਨੂੰ? ਨਹੀਂ ਦੇਖੋ, ਕੈਪਟਨ ਸਰਕਾਰ ਇਹ ਅਸੀਂ ਗੱਲ ਸਮਝਦੇ ਹਾਂ ਜਿੰਨਾ ਲੋਕਾਂ ਦਾ ਪ੍ਰੈਸ਼ਰ ਵਧੂਗਾ ਉਹਨਾਂ ਲੋਕਾਂ ਦੀਆਂ ਮੰਗਾਂ ਨੇ ਪ੍ਰਵਾਨ ਹੋਣਾ ਹੈ। ਇੱਦਾਂ ਸਰਕਾਰ ਆਪਣੇ ਆਪ ਦੇਣ ਚੁੱਕੀ ਨਹੀਂ ਹੈ, ਜੇ ਅੱਜ ਲੋਕਾਂ ਦਾ ਹਜ਼ਾਰਾਂ ਦੀ ਗਿਣਤੀ ਲੋਕ ਆਏ ਹੈ ਤਾਂ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੋਈ ਹੈ, ਨਹੀਂ ਸਰਕਾਰ ਲਾਣੀ। ਅਗਲਾ ਸਟੈਪ ਕੀ ਹੋਏਗਾ ਜੀ ਜੇ ਬਾਈ ਚਾਂਸ? ਅਗਲਾ ਅਸੀਂ 20 ਨੂੰ ਫੈਸਲਾ ਕਰਕੇ ਅਗਲੇ ਤਿੱਖੇ ਸੰਘਰਸ਼ ਕਰਾਂਗੇ। ਠੀਕ ਹੈ।